ਪੁਲਿਸ ਨੇ 200 ਗ੍ਰਾਮ ਹੈਰੋਇਨ ਸਮੇਤ ਇੱਕ ਦੋਸ਼ੀ ਨੂੰ ਫੜਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ। ਥਾਣਾ ਮੁਖੀ ਕੇਵਲ ਸਿੰਘ ਨੇ ਦੱਸਿਆ ਕਿ ਚੌਂਕੀ ਇੰਚਾਰਜ ਸੁਖਵਿੰਦਰ ਸਿੰਘ ਨੇ ਰੁੜਕਾ ਖੁਰਦ ਦੀ ਨਹਿਰ ਦੇ ਕੋਲ ਨਾਕਾ ਲਾਇਆ ਹੋਇਆ ਸੀ ਅਤੇ ਇਸੇ ਦੇ ਤਹਿਤ ਇੱਕ ਵਿਅਕਤੀ ਨੂੰ ਰੋਕ ਕੇ ਉਸਦੀ ਬੈਗ ਦੀ ਜਦ ਤਲਾਸ਼ੀ ਲਈ ਗਈ ਤਾਂ ਉਸਦੇ ਬੈਗ ਦੇ ਵਿੱਚ 200 ਗ੍ਰਾਮ ਹੈਰੋਇਨ ਬਰਾਮਦ ਹੋਈ ਜੋ ਕਿ ਆਪਣੇ ਪਿੰਡ ਤੋਂ ਲੈ ਕੇ ਆ ਰਿਹਾ ਸੀ। ਦੱਸ ਦਈਏ ਕਿ ਦੋਸ਼ੀ ਦੀ ਪਹਿਚਾਣ ਪੱਪੂ ਸ਼ਾਹ ਵਾਸੀ ਮਹਿਤਪੁਰ ਦੇ ਵਜੋਂ ਹੋਈ ਹੈ। ਹੈਰੋਇਨ ਦੀ ਕੀਮਤ 1 ਕਰੋੜ ਤੋਂ ਉੱਪਰ ਦੱਸੀ ਜਾ ਰਹੀ ਹੈ। ਦੋਸ਼ੀ ਦੇ ਖਿਲਾਫ ਫਿਲਹਾਲ ਮੁਕਦਮਾ ਦਰਜ ਕਰਕੇ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਨਾਕੇ ਦੌਰਾਨ ਐਸਏ ਮਲਕੀਤ ਸਿੰਘ ਸਮੇਤ ਆਈਸੀਪੀਪੀ ਤ੍ਰੇਤਾ ਸੁਖਵਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਰੁੜਕਾ ਖੁਰਦਪੁਰੀ 'ਤੇ ਨਾਕਾ ਲਾਇਆ ਸੀ। ਇੱਕ ਮੋਨਾ ਵਿਅਕਤੀ ਜਿਸ ਦੇ ਕਾਲੇ ਰੰਗ ਦੀ ਕੈਪਰੀ ਪਾਈ ਹੋਈ ਸੀ ਜਿਨ੍ਹਾਂ ਨੂੰ ਜਿਸ ਨੂੰ ਸ਼ੱਕ ਦੇ ਬਣਾ 'ਤੇ ਰੋਕ ਕੇ ਜਿਸ ਦੀ ਤਲਾਸ਼ੀ ਲਈ ਇਸਦੇ ਬੈਗ ਵਿੱਚੋਂ 200 ਗ੍ਰਾਮ ਜੁਰਮ ਬਰਾਮਦ ਸੀ ਜਿਸ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਪਹੁੰਚ ਗਈ। ਇਹਦੀ ਪਛਾਣ ਪੱਪੂ ਸ਼ਾਹ ਸਾਨੋ ਬਹਾਦਰ ਸਿੰਘ ਵਾਸੀ ਮਹਿਮ ਪੀ ਐਸ ਮਹਿਤ ਤੋਂ। ਸਰ ਪਹਿਲੇ ਮੁਕਦਮੇ 'ਤੇ ਕੋਈ ਪਹਿਲਾਂ ਇਸ 'ਤੇ ਮੁਕਦਮਾ ਕੋਈ ਇਹ ਪੀਂਦਾ ਜੀ ਵੇਚਦਾ ਇਹ ਅੱਗੇ ਲੈ ਕੇ ਵੇਚਦਾ ਸਪਲਾਈ ਕਰਦਾ ਦਿੱਤੀ ਜਾ ਰਹੀ ਹੈ ਪੁੱਛਗਿੱਛ ਕੀਤੀ ਜਾ ਰਹੀ ਵੀ ਅੱਗੇ ਕਿਸ ਕਿਸ ਨੂੰ। ਰਾਜਕੁਮਾਰ ਨੰਗਲ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ ਐਨ ਆਰ ਆਈ।